amanhã. ਮਰਜ਼ੀ ਨਾਲ
ਵਧੀਆ ਜੀ ਸੁਣਾ ਰਹੇ ਨੇ ਸਭ ਬੜੇ ਪਿਆਰ ਦੇ ਨਾਲ ਸੁਣੋ ਮਹਾਰਾਣੀ ਦੀ ਧੁਨ ਕੈਸੀ ਵਜਾ ਰਹੇ ਨੇ ਮਾਸਟਰ ਜੀ ਅਤੇ ਸਾਡੇ ਮਾਸਟਰ ਸੁਖਿੰਦਰ ਜੀ
ਉਹ ਆਪਣੇ ਕਮਰੇ ਚੋਂ ਗੱਦੇ ਲੈ ਆਓ, ਉਹਦੇ ਪਿੱਛੇ ਦਰੀਆਂ ਦੀ ਮਸ਼ੀਨਾਂ ਹੋਈਆਂ, ਠੰਡ ਹੈਗੀ ਆ, ਬਾਅਦ ਚ ਲੈ ਲੈਣਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਭ ਦੇ।
Oh,
गणपति उस्तति महाराणी के चरणों और गणपति महाराज के चरणों कही जा रही बड़े प्यार के नाल गोस्वामी तुलसीदास जी महाराज की लिखी हुई मैं ते पहली बारी गा रहा ते मेरा जरा साथ प्यार ना देना मेरी सब जगह हाथ जोड़ के बेनती है मैनू आता जाता कुछ कीजिए ते थोड़ा ध्यान रखना मेरा और मेरा साथ जरूर देना ना Thank you.
ਲਾਈ ਸਾਡੇ ਪੰਥ ਜੀ ਕਹਿੰਦੇ ਆ ਮੂਰਤ ਹੈ ਪਿਆਰ ਦੀ ਤੂੰ ਦੁਨੀਆਂ ਨੇ ਜਾਣ ਵਾਲੀ ਇਹਦੇ ਭੇਟਾਂ ਨਹੀਂ ਬਦਲ ਜੀ ਲਓ ਹਾਂਜੀ ਠੀਕ ਹੈ Oh,
ਸਿੰਘ ਦੇ ਸਵਾਰੀ ਆ ਜਾ ਮਹਾਰਾਣੀ ਬੱਚੇ ਆਏ ਤੇਰੇ ਦਰਬਾਰ 'ਚ ਅਤੇ ਤੁਸੀਂ ਵੀ ਆ ਕੇ ਦਰਸ਼ਨ ਦਿਓ ਮਹਾਰਾਣੀ ਸਭ ਨੂੰ ਸਭ ਦਾ ਬੇੜਾ ਪਾਰ ਕਰੋ ਸਭ ਨੂੰ ਲਿਹਾਜ ਕਰੋ ਇਵੇਂ ਪ੍ਰਾਰਥਨਾ ਮਹਾਰਾਣੀ ਆਪ ਦੇ ਚਰਨਾਂ 'ਚ ਕੀਤੇ ਪਾਪਾਂ ਵਾਲੇ ਮਾਰੀ ਨਾ ਧਿਆਨ ਜਾਣ ਜੇ ਤੂੰ ਬੱਚਿਆਂ ਦੀ ਮਾਂ ਮੇਰੇ ਬਖਸ਼ ਲਈ ਗੁਨਾ ਤੈਨੂੰ ਲੈ ਆਈ ਮੈਂ ਦਿਲ ਚ ਵਸਾ Oh.
Thank you.
Thank you.
तेरे दर्शन बिना
ਕਿ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਨਹੀਂ ਭੇਟਾਂ ਬੋਲਣੀਆਂ ਤਾਂ ਤੁਹਾਡੀ ਮਰਜ਼ੀ ਹੈ, ਜਗਾਰਾ ਜ਼ਰੂਰ ਲਾਓ। ਸਾਰੇ ਜਣਾ ਹੱਥ ਖੜੇ ਕਰਕੇ ਜਗਾਰਾ ਲਾਓ। ਜੈਕਾਰਾ ਵੀਰ ਬਜਰੰਗੀ, ਜੀ ਗੀਤ ਪਾਲਵਾ, ਜੀ ਗੀਤ ਪਾਲਵਾ।
ਸਾਰੀਆਂ ਭੇਡਾਂ ਪੁਰਾਣੀਆਂ ਹੀ ਹੈਗੀਆਂ ਅਤੇ ਮੈਂ ਫਿਰ ਇੱਕ ਵਾਰੀ ਹੱਥ ਜੋੜ ਦਿੰਦਾ ਤੁਹਾਨੂੰ ਸਾਰਿਆਂ ਨੂੰ, ਤੁਹਾਨੂੰ ਆਪਣਾ ਵੀ ਮਜ਼ਾ ਆਏਗਾ ਨਾਲ ਨਾਲ ਬੋਲੋਗੇ ਤੇ, ਅਤੇ ਜੇ ਨਹੀਂ ਤੁਸੀਂ ਮਜ਼ਾ ਆਨੰਦ ਲੈਣਾ ਮਹਾਰਾਣੀ ਦੇ ਦਰਬਾਰ ਦਾ ਤਾਂ ਤੁਹਾਡੀ ਮਰਜ਼ੀ। ਅਸੀਂ ਤਾਂ ਭੇਡਾਂ ਬੋਲੀ ਜਾਣੀਆਂ ਜਿੰਨੀ ਦੇਰ ਟਾਈਮ ਹੋਗਾ ਮਹਾਰਾਣੀ ਨੇ ਦਿੱਤਾ ਸਾਨੂੰ। ਜਗਦੰਬੇ ਜਗ ਤਾਰਨੀ ਦਰਸ਼ਨ
सरकार मेरी
ਭਗਤੀ ਸੁਣੋ ਸਰਦਾਰ ਮੇਰੇ ਭਗਤੀ ਸੁਣੋ ਦੁਨੀਆਂ ਤੇ ਕਿਹੜਾ ਸਾਰੇ
Thank you.
Yeah.
ਪੁਰੀ ਸਾਹਿਬ ਨੇ ਮੈਂ ਉਹ ਭੇਟ ਕੋਸ਼ਿਸ਼ ਕਰ ਰਿਹਾ ਗਾਉਣ ਦੀ ਅਤੇ ਪੁਰੀ ਸਾਹਿਬ ਕਹਿੰਦੇ ਭੇਟ ਸੁਣਾ ਵਾਹ ਜੀ ਵਾਹ ਪੁਰੀ ਸਾਹਿਬ ਤੁਹਾਨੂੰ ਵੀ ਸੁਣਿਆ ਉਦੋਂ ਹੀ ਆਇਆ ਜੀ ਤੇਰੇ ਨਾਲ ਬੁਲਾਵੇ
ਸਾਡੇ ਪਵਨ ਜੀ ਬੜੇ ਪਿਆਰ ਦੇ ਨਾਲ ਭੇਟਦਾ ਰਹੇ ਨੇ ਔਰ ਸਾਰੇ ਨੇ ਮਿਲ ਕੇ ਸਾਥ ਦੇਣਾ ਉਹਨਾਂ ਦਾ ਔਰ ਅਗਰ ਹੋ ਸਕੇ ਤਾਂ ਜਿਸ ਤਰ੍ਹਾਂ ਖੁਸ਼ੀਆਂ ਹੁੰਦੀਆਂ ਉਸ ਤਰ੍ਹਾਂ ਦੱਸਣਾ ਸਾਰੇ ਦੇਖੋ ਕਿੰਨਾ ਮਜ਼ਾ ਆਉਂਦਾ ਮਹਾਰਾਣੇ ਦੇ ਦਰਬਾਰ 'ਚ ਖੁਸ਼ੀਆਂ ਲੈਣ ਦਾ ਮੇਰਾ ਪਿਆਰ ਨਹੀਂ ਹੈ।
Thank you.
ਸਾਡੇ ਇੱਕ ਭੈਣ ਜੀ ਆਏ ਹੈ ਹਾਸੇ ਸਮੇਂ ਬੈਠੇ ਆ ਮੈਨੂੰ ਉਹਨਾਂ ਨੇ ਕਿਹਾ ਸੀ ਮੇਰੀ ਇੱਕ ਮਨ ਦੀ ਕੀ ਕਹਿੰਦੇ ਮਹਾਰਾਣੀ ਚੱਦਾਂ 'ਚ ਇੱਕ ਹੱਥ ਦੀ ਲਾਉਣ ਦੀ ਇੱਛਾ ਹੈ ਅਤੇ ਮੈਂ ਕਿਹਾ ਸੀ ਜ਼ਰੂਰ ਆਉਣਾ ਸੀ ਮੈਨੂੰ ਤਾਂ ਵੈਸੇ ਸ਼ੌਕ ਹੈ ਸਾਰਿਆਂ ਨੂੰ ਗਵਾਉਣ ਦਾ ਅਤੇ ਤੁਸੀਂ ਵੀ ਆਪਣੀ ਹੱਥ ਵੀ ਲਾ ਲਓ ਪਹਿਲੇ ਗੁਰੂਆਂ ਦੀ ਇੱਕ ਭੇਟ ਆ ਰਹੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਆ ਰਹੇ ਹੋ ਭੈਣ ਜੀ ਇੱਧਰ ਹੀ ਆ ਜਾਓ ਨਾਲ ਸਾਡਾ ਸਾਥ ਹੋਣਾ Thank you.
सिर पे चढ़ाए जाते हैं
ਲਓ ਮੈਂ ਭੈਣ ਜੀ ਇੱਕ ਆਰਾਮ ਨਾਲ ਸੁਣ ਲਈਏ ਸਵੇਰੇ ਠੀਕ 11 ਵਜੇ ਕੈਬਲ ਸਥਾਨ ਤੇ ਭੰਡਾਰੇ ਦੀ ਜੋਤੀ ਦਾ ਪ੍ਰਕਾਸ਼ ਹੋਏਗਾ ਔਰ ਜਾ ਕੇ 21 ਤਰੀਕ ਵਾਲੇ ਦਿਨ ਮਾਂ ਦਾ ਸ਼ੁਕਰਾਨਾ ਕੀਤਾ ਜਾਏਗਾ ਰਾਤ ਦੇ ਠੀਕ 9 ਵਜੇ ਮਾਂ ਦੀ ਜੋਤੀ ਦਾ ਪ੍ਰਕਾਸ਼ ਹੋਏਗਾ ਜੈਕਾਰਾ ਸ਼ੇਰਾਵਾਲੀ ਜੀ ਦਾ ਤੇਰੀਆਂ ਜੋਤਾਂ ਨੇ ਕੀਤਾ ਹੈ ਕਮਾਲ ਨੀ ਮਾਏ ਤੇਰੀਆਂ ਜੋਤਾਂ ਨੇ ਕੀਤਾ ਹੈ ਜੋਤਾਂ
ਕਿਉਂ ਫੜ ਲੈ 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 ਕ
ਹੋਣਾ ਹੀ ਨਹੀਂ ਗਾ ਸਿਰਫ ਜੋਤਦੇ ਹਾਂ ਚਿੱਟਾ 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 ਚਿੱਟਾ